ਭਾਜੀ ਕੀ ਕਹਿਣਾ ਚਾਹੋਗੇ ਲਾਡਲ ਟੂਲ ਬਾਜ਼ਾਰ ਫਿਰ ਤੋਂ ਸ਼ੁਰੂ ਕਰ ਦਿੱਤਾ ਭਰਾ ਬਹੁਤ ਗਲਤ ਗੱਲ ਇਹਨਾਂ ਦੀ ਇਹਨਾਂ ਨੂੰ ਕਿਸਾਨਾਂ ਦੀ ਸੁਣਨੀ ਚਾਹੀਦੀ ਕਿਸਾਨ ਧਰਨੇ ਤੇ ਬੈਠੇ ਤਾਂ ਕਿਸੇ ਗੱਲ ਕਰਕੇ ਬੈਠੇ ਸੋ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੇ ਮੌਜੂਦ ਆ ਤਾਂ ਤੁਹਾਨੂੰ ਦੱਸ ਦਈਏ ਕਿ ਲਾਡੋਵਾਲ ਟੋਲ ਪਲਾਜ਼ਾ ਇੱਕ ਵਾਰ ਫਿਰ ਤੋਂ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਵਾ ਕਿਉਂਕਿ ਬੀਤੇ ਦਿਨੀ ਜਿਹੜਾ ਕਿਸਾਨ ਆਗੂਆਂ ਵੱਲੋਂ ਇਸ ਲਾਡਾ ਬੰਦ ਕਰ ਦਿੱਤਾ ਜਿਹੜੀਆਂ ਚੜਾ ਕੇ ਲੇਕਿਨ ਅੱਜ ਤੋਂ ਜਿਹੜਾ ਲਾਡੋਵਾਲ ਟੋਲ ਤਸਵੀਰਾਂ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਨੂੰ ਇਸ ਤੋਂ ਬਾਅਦ ਤਾਂ ਹਾਈਕੋਰਟ ਦੇ ਪਹੁੰਚਣ ਤੋਂ ਬਾਅਦ ਹਾਈਕੋਰਟ 4 ਹਫ਼ਤੇ ਯਾਨੀ ਲਾਡੋਵਾਲ ਟੋਲ ਪਲਾਜ਼ੇ ਨੂੰ ਫ੍ਰੀ ਕਰ ਦਿੱਤਾ ਜਾਏਗਾ ਲੇਕਿਨ ਕਿਸਾਨ ਆਗੂਆਂ ਵੱਲੋਂ ਇੱਕ ਮੰਗ ਕੀਤੀ ਗਈ ਸੀ ਕਿਉਂਕਿ ਬੰਦ ਕਰਨ ਦਾ ਮੇਨ ਕਾਰਨ ਇਹ ਸੀਗਾ ਕਿ ਇਸ ਦੇ ਜਿਹੜੇ ਰੇਟ ਆ ਰੇਟ ਦੇ ਵਿੱਚ ਬੜੋਤਰੀ ਕੀਤੀ ਗਈ ਸਾਲ ਦੇ ਵਿੱਚ 3 ਵਾਰ ਜਿਹੜਾ ਰੇਟ ਦੀ ਬੜੋਤਰੀ ਕੀਤੀ ਗਈ ਸੀ ਲੇਕਿਨ ਅੱਜ ਫਿਰ ਤੋਂ ਲੁਧਿਆਣਾ ਦਾ ਜਿਹੜਾ ਲਾਡੋਵਾਲ ਟੋਲ ਪਲਾਜ਼ਾ ਇਹ ਸ਼ੁਰੂ ਹੋ ਚੁੱਕਾ ਵਾ ਲੇਕਿਨ ਰੇਟ ਦੇ ਵਿੱਚ ਕੋਈ ਵੀ ਜਿਹੜਾ ਲੋਕਾਂ ਦੀ ਜਿਹੜਾ ਜੇਬ ਹੈ ਉਹ ਢਿੱਲੀ ਹੋਣੀ ਸ਼ੁਰੂ ਹੋ ਗਈ ਹੈ ਲੋਕਾਂ ਨੂੰ ਜਿਹੜਾ ਫਰਕ ਪੈਂਦਾ ਨਜ਼ਰ ਆ ਰਿਹਾ ਔਰ ਲੋਕ ਜਿਹੜਾ ਲਾਈਨਾਂ 'ਚ ਫਿਰ ਤੋਂ ਦੁਬਾਰਾ ਤੋਂ ਜਿਹੜਾ ਲਾਈਨਾਂ 'ਚ ਲੱਗ ਕੇ ਜਿਹੜਾ ਟੋਲ ਕਟਾ ਰਹੇ ਨੇ ਔਰ ਲੋਕ ਪਰੇਸ਼ਾਨ ਹੋ ਰਹੇ ਨੇ ਤਾਂ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਲਾਡੋਵਾਲ ਟੋਲ ਪਲਾਜ਼ੇ ਦੀਆਂ ਜਿੱਥੇ ਲੋਕ ਨੇ ਜਿਹੜਾ ਪਰੇਸ਼ਾਨ ਨੇ ਤੁਸੀਂ ਦੇਖ ਸਕਦੇ ਹੋ ਕਈ ਲੋਕ ਜਿਹੜਾ ਬਹਿਸ ਕਰਦੇ ਵੀ ਨਜ਼ਰ ਆ ਰਹੇ ਨੇ ਕਿ ਇਸ ਨੂੰ ਤਾਂ ਜਿਹੜਾ ਫ੍ਰੀ ਕਰ ਦਿੱਤਾ ਗਿਆ ਸੀਗਾ ਤਾਂ ਅੱਜ ਤੋਂ ਫਿਰ ਜਿਹੜਾ ਸ਼ੁਰੂ ਹੋ ਗਿਆ ਤਾਂ ਲੋਕਾਂ ਵੱਲੋਂ ਕਾਫੀ ਵਿਰੋਧ ਵੀ ਕੀਤਾ ਜਾ ਰਿਹਾ ਤਾਂ ਲਗਾਤਾਰ ਜਿਹੜੀਆਂ ਤਸਵੀਰਾਂ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਦੀਆਂ ਜਿਹੜੀਆਂ ਤੁਹਾਨੂੰ ਦਿਖਾ ਦਿੰਦੇ ਹਾਂ ਕਿਉਂਕਿ ਬੀਤੇ ਦਿਨੀ ਜਿਹੜਾ ਕਿਸਾਨ ਆਗੂਆਂ ਵੱਲੋਂ ਇਸ ਨੂੰ ਜਿਹੜਾ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਗਿਆ ਸੀ ਲੇਕਿਨ ਇਸ ਨੂੰ ਜਿਹੜਾ ਫਿਰ ਤੋਂ ਅੱਜ ਜਿਹੜਾ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਨੂੰ ਫਿਰ ਤੋਂ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਵਾ ਔਰ ਲਗਾਤਾਰ ਜਿਹੜੀਆਂ ਲੋਕ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਨੇ ਗੱਲਬਾਤ ਵੀ ਕਰਾਂਗੇ ਲੋਕਾਂ ਦੇ ਨਾਲ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਪਰੇਸ਼ਾਨੀਆਂ ਹੋ ਰਹੀਆਂ ਨੇ ਔਰ ਕਿਸਾਨ ਆਗੂ ਜਿਹੜਾ ਭਾਜੀ ਕੀ ਕਹਿਣਾ ਚਾਹੋਗੇ ਲਾਡੋਵਾਲ ਟੋਲ ਪਲਾਜ਼ਾ ਫਿਰ ਤੋਂ ਸ਼ੁਰੂ ਕਰ ਦਿੱਤਾ ਗਿਆ ਭਰਾ ਬਹੁਤ ਗਲਤ ਗੱਲ ਇਹਨਾਂ ਦੀ ਠੀਕ ਹੈ ਅਤੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਸਰਕਾਰ ਇਹਨਾਂ ਨੂੰ ਕਿਸਾਨਾਂ ਦੀ ਸੁਣਨੀ ਚਾਹੀਦੀ ਕਿਸਾਨ ਧਰਨੇ ਤੇ ਬੈਠੇ ਤਾਂ ਕਿਸੇ ਗੱਲ ਕਰਕੇ ਬੈਠੇ ਨਾ ਠੀਕ ਹੈ ਜੀ ਬਸ ਇੰਨੇ ਕੁ ਪਦ ਦੱਸਿਆ ਜਾ ਰਿਹਾ ਕਿ ਜਿਹੜੇ ਪ੍ਰਧਾਨ ਸੀਗੇ ਕਿਸਾਨ ਆਗੂ ਦੇ ਉਹ ਦਿਲਬਾਗ ਸਿੰਘ ਗਿੱਲ ਉਹਨਾਂ ਨੂੰ ਵੀ ਜਿਹੜਾ ਹਿਰਾਸਤ ਵਿੱਚ ਲੈ ਲਿੱਤਾ ਗਿਆ ਸਰਕਾਰ ਨੂੰ ਸੋਚਣਾ ਚਾਹੀਦਾ ਵੀਰੇ ਬਹਿ ਕੇ ਪੁਆਇੰਟ ਉਹਨਾਂ ਦੇ ਵਿਚਾਰ ਕਰਨਾ ਚਾਹੀਦਾ ਉਹ ਤੋਂ ਬਾਅਦ ਜੋ ਕਾਰਵਾਈ ਆ ਕਰਨੀ ਚਾਹੀਦੀ ਕੋਈ ਨਹੀਂ ਸਰਕਾਰ ਇੱਕ ਵਾਰ ਕਿਸਾਨਾਂ ਨਾਲ ਗੱਲ ਤਾਂ ਕਰੇ ਨਾ ਠੀਕ ਹੈ ਕਾਰਨ ਸੀਗਾ ਕਿ ਲਧਿਆਈ ਦੀ ਸੀ ਤਾਂ ਉਸ ਨੂੰ ਲੈ ਕੇ ਕਿਸਾਨਾਂ ਨੇ ਜਿਹੜਾ ਇੱਥੇ ਧਰਨਾ ਪ੍ਰਦਰਸ਼ਨ ਵੀ ਕੀਤਾ ਲਾਡੋ ਟੋਲਪਲਾਜ਼ਾ ਨੂੰ ਬੰਦ ਵੀ ਕੀਤਾ ਕੀ ਇਹ ਸਹੀ ਸੀਗਾ ਕਿਉਂਕਿ ਲੋਕ ਕਾਫੀ ਖੁਸ਼ ਨਜ਼ਰ ਆ ਰਹੇ ਸੀ ਬੀਤੇ ਦਿਨ ਬ੍ਰਦਰ ਮੈਂ ਨਾ ਦੇਖੋ ਮੈਂ ਤੁਹਾਨੂੰ 2 ਮਿੰਟ ਤੱਕ ਕਰਦਾ ਮੈਂ ਉੱਥੇ ਗੱਡੀ ਖੜਾ ਕੇ ਆਇਆ ਸੋ ਲਗਾਤਾਰ ਜਿਹੜੀਆਂ ਤਸਵੀਰਾਂ ਲਾਦਾਂ ਤਾਂ ਲੋਕ ਕਾਫੀ ਸਮੇਂ ਤੋਂ ਜਿਹੜਾ ਫਿਰ ਤੋਂ ਲੋਕਾਂ ਦੀ ਜਿਹੜਾ ਦੁਬਾਰਾ ਤੋਂ ਜਿਹੜਾ ਇਹ ਜੇਬ ਢਿੱਲੀ ਹੋਣੀ ਸ਼ੁਰੂ ਹੋਈ ਆ ਬਾਜੀ ਕੀ ਕਹਿਣਾ ਚਾਹੋਗੇ ਅੱਜ ਦਿਲਬਾਗ ਸਿੰਘ ਜਿਹੜੇ ਕਿਸਾਨ ਆਗੂ ਸੀ ਉਹਨਾਂ ਨੂੰ ਜਿਹੜਾ ਅਰੈਸਟ ਪਾ ਲਈ ਜੀ ਆਪਾਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਤੇ ਹੁਣ ਲਾਡੋਵਾਲ ਟੋਲ ਪਲਾਜ਼ਾ ਦੁਬਾਰਾ ਤੋਂ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਇਹ ਬੰਦ ਸੀਗਾ ਲੋਕਾਂ ਦੀ ਜੇਬ ਕਾਫੀ ਹੈ ਢਿੱਲੀ ਤਾਂ ਹੋ ਰਹੀ ਸੀ ਹਾਂਜੀ ਬਰਦਮ ਹੈ ਤਾਂ ਮਾੜਾ ਹੀ ਹੈ ਜੀ ਕੰਮ ਚੰਗਾ ਤਾਂ ਕਰਦੇ ਨਹੀਂ ਜੀ ਕੋਈ